ਪਹਿਲਾਂ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਔਰ ਅੱਜ ਕਾਂਸੀ ਦੇ ਵਿੱਚ ਗੁਰੂ ਜੀ ਦਾ 643ਵਾਂ ਜਨਮ ਦਿਹਾੜਾ ਬਹੁਤ ਹੀ ਵਰਲਡ ਲੈਵਲ ਤੋਂ ਬਨਾਰਸ ਕਾਂਸੀ ਵਿੱਚ ਸੰਗਤਾਂ ਪਹੁੰਚੀਆਂ ਆ ਜਿੱਥੇ ਸੰਗਤਾਂ ਦੇ ਨਾਲ-ਨਾਲ ਸਾਡੇ মিডিਆ ਦੇ ਜੋ ਸਾਥੀ ਆ ਉਹ ਵੀ ਪਹੁੰਚੇ ਆ ਅੰਬੇਦਕਰ ਗਰੰਟੀ ਟੀਵੀ ਤੋਂ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗਾ ਅੰਬੇਦਕਰ ਗਰੰਟੀ ਟੀਵੀ ਦਾ ਜੋ ਇਹ ਸਾਰੇ ਹੀ ਪ੍ਰੋਗਰਾਮ ਨੂੰ ਕਵਰੇਜ ਕਰ ਰਹੇ ਆ ਔਰ ਇਨਾਂ ਦਾ ਉਤਸ਼ਾਹ ਆ ਸੰਗਤਾਂ ਦੇ ਵਿੱਚ ਜੋ ਸਾਡੇ ਗੁਰੂ ਦਾ ਜਾਨੀ ਜਨਮ ਦਿਹਾੜਾ ਇੱਕ ਕੁੰਭ ਦੀ ਤਰ੍ਹਾਂ ਮਨਾਇਆ ਜਾ ਰਿਹਾ ਆ ਔਰ ਪੂਰੇ ਵੱਡ ਦੇ ਵਿੱਚ ਅਲੱਗ-ਅਲੱਗ ਇੰਡੀਆ ਦੇ ਅਲੱਗ-ਅਲੱਗ ਸਟੇਟਾਂ ਤੋਂ ਜੋ ਬਹੁਤ ਹੀ ਰਸਪੰਨਾ ਸੰਗੀਤ ਔਰ ਦਰਸ਼ਨ ਦਿਦਾਰੇ ਗੁਰੂ ਜੀ ਦੇ ਕਰਕੇ ਇਸ ਵਕਤ ਸੰਗਤਾਂ ਜਿਹੜੀਆਂ ਆ ਨਿਹਾਲ ਹੋ ਰੇਗੀਆਂ ਆ ਔਰ ਸਾਰੇ ਹੀ ਸੰਗਤਾਂ ਜਿਹੜੀਆਂ ਆ ਇਸ ਵਕਤ ਜੋ ਪ੍ਰਬੰਧ ਆ ਮੈਨੇਜਮੈਂਟ ਦਾ ਪ੍ਰਬੰਧ ਆ ਔਰ ਬਹੁਤ ਹੀ ਕਾਫਲੇ ਤਰੀਪਿਆ ਹਰ ਤਰ੍ਹਾਂ ਦਾ ਪ੍ਰਬੰਧ ਜਣੀ ਕੀਤਾ ਗਿਆ ਹੈ ਔਰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡੀ ਗਈ ਔਰ ਪੂਰੀ ਦੁਨੀਆ ਦੇ ਵਿੱਚ ਇੱਕ ਕਮਸਾਲ ਆ ਅਗਰ ਜੇ ਸਾਡੇ ਗੁਰੂ ਜੀ ਦਾ 643ਵਾਂ ਪੂਰੀ ਦੁਨੀਆ ਦੇ ਵਿੱਚ ਬਰਥਡੇ ਮਨਾਇਆ ਜਾ ਰਿਹਾ ਆ ਇਸੇ ਤਰ੍ਹਾਂ ਜੋ ਸਾਡਾ ਮੱਕਾ ਆ ਸਾਡੇ ਸਮਾਜ ਦਾ ਮੱਕਾ ਆ ਬਨਾਰਸ ਕਾਂਚੀ ਔਰ ਸਾਡੀ ਸਮਾਜ ਨੂੰ ਸਾਡੇ ਜਿੰਨੇ ਵੀ ਸਾਡਾ ਜੋ ਇਸ ਵਕਤ ਪਾਈਚਾਰਾ ਆ ਜਿਸ ਤਰ੍ਹਾਂ ਸਾਡੇ ਮੱਕੇ ਨੂੰ ਸਜਦਾ ਕਰਨਾ ਚਾਹੀਦਾ ਔਰ ਵੱਧ ਤੋਂ ਵੱਧ ਸਾਨੂੰ ਆਪਣੇ ਮੱਕੇ ਲਈ ਸਮਰਪਿਤ ਹੋਣਾ ਚਾਹੀਦਾ ਔਰ ਐਂਡ ਦੇ ਵਿੱਚ ਮੈਂ ਸਾਰੇ ਹੀ ਜਿੰਨੀ ਵੀ ਅਬਾਾਮ ਜਿੰਨੀ ਵੀ ਸੰਗਤ ਆਈ ਆ ਉਹਨਾਂ ਦਾ ਮੈਂ ਕੋਟਨ ਕੋਟਨ ਧੰਨਵਾਦ ਕਰਨਾ ਚਾਹਾਂਗਾ ਪਰਮਜੀਤ ਮੈਮੀ ਲਾਂਬੜੇ ਤੋਂ ਔਰ ਇੱਕ ਵਾਰ ਫੇਰ ਅੰਬੇਦਕਰ ਗਰਾਂਟੀ ਟੀਵੀ ਦਾ ਮੈਂ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਬਹੁਤ ਹੀ ਬਧੀਆ ਤਰੀਕੇ ਦੇ ਨਾਲ ਸੇਵਾ ਨਿਭਾ ਰਾਇਆ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਪਟਦੀ ਗੁਰਦੇਵ ਧੰਨ ਗੁਰਦੇਵ ਸਮੂਹ ਸੰਗਤਾਂ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੀ ਲੰਗਰ ਕੀ ਮਟੀ ਵਾਲੋਂ ਦੁਆਬੇ ਦੀ ਲੰਗਰ ਕੀ ਮਟੀ ਵਾਲੋਂ ਤਨਤਾ ਸਤਗੁਰਬਦਾਸ ਮਹਾਰਾਜ ਜੀ ਦੇ 643 ਜਨਮ ਜਨਮ ਦਿਹਾੜੀਆਂ ਲੱਖ ਲੱਖ ਬਲਾਈਆਂ ਹੋਣ ਜੈ ਗੁਰਦੇਵ ਧੰਨ ਗੁਰਦੇਵ